ਇਹ ਪਿੰਡ ਹੁਈ ਲੜਾਈ ਚ ਤਾਂ ਉਹਦੇ ਬਾਪੂ ਜੀ ਨੇ ਸਾਡਾ ਨਾਂ ਪੈਣ ਨਹੀਂ ਦਿੱਤਾ ਪਰ ਰੱਬ ਨੇ ਯਾਰਾਂ ਨੂੰ ਮਲਾਉਣ ਦਾ ਇੱਕ ਹੋਰ ਸਬੱਬ ਬਣਾਤਾ ਬੇਸਿਕਲੀ ਆ ਮੈਂ ਮੈਂ ਆਮ ਨਾਟ ਅ ਲਾਇਰ ਪਰ ਜਿੰਨਾ ਤੱਕ ਮੈਨੂੰ ਲੱਗਦਾ ਹੈ ਜਦੋਂ ਕੋਈ ਵੀ ਲੜਾਈ ਹੁੰਦੀ ਹੈ ਤਿੰਨ ਕ ਮਹੀਨਿਆਂ ਦੇਆਂ ਛੇ ਮਹੀਨਿਆਂ ਦਾ ਟਾਈਮ ਹੁੰਦਾ ਪੁਲਿਸ ਕੋਲੇ ਕੀ ਦਾ ਨਾ ਪਾਉਣਾ ਕੀ ਦਾ ਕੱਢਣਾ ਹੈ ਕੀ ਸਿਸਟਮ ਹੈ ਗੋਰਿਆਂ ਵੇਲੇ ਦਾ ਹੈ ਕੀ ਆਪਣੇ ਲਾਜ਼ ਆ ਜਿਹੜੇ ਹੁਣ ਵੀ ਕਿਉਂਕਿ ਜਦੋਂ ਤੁਸੀਂ ਕਿਸੇ ਕਮਿਊਨਿਟੀ ਜਾਂ ਕੰਟਰੀ ਤੇ ਰਾਜ ਕਰਨਾ ਹੁੰਦਾ ਤੁਸੀਂ ਲਾ ਸਟਰਕਚਰ ਆ ਜਿਹੜਾ ਉਸ ਉਸ ਹਾਵਨਾ ਬਣਾਉਣੀ ਹੋ ਵੀ ਉਹ ਆਪਸ ਵਿੱਚ ਫਸੇ ਰਹਿਣ ਉਲਝੇ ਰਹਣ ਤੇ ਗਰੋਥ ਵਾਲੇ ਪਾਸੇ ਨਾ ਵਧਣ ਤੇ ਜਦੋਂ ਉਹਨਾਂ ਨੇ ਗੋਰੀਨ ਰਾਜ ਕੀਤਾ ਬੀਸਿਕਲੀ ਆਪਣੇ ਤੇ ਕੀਤਾ ਜ ਕੋਈ ਦਰਿਆ ਨਹੀਂ ਤੇ ਉਹਨਾਂ ਨੇ ਫਰਲੋਸ ਨੂੰ ਬਹੁਤ ਟੈਕਨੀਕਲ ਤਰੀਕ ਟੈਕਨੀਕਲੀ ਯੂਜ਼ ਕੀਤਾ ਵੀ ਆਪਸ ਜਿਵੇਂ ਹੁਣ ਕਿਸੇ ਨੇ ਪੁਲਿਸ ਵਾਲ ਨੇ ਇੱਕ ਤਰ੍ਹਾਂ ਦਾ ਲਾਕ ਡਾਟਾ ਕਿਸੇ ਨੇ ਕਿਸੇ ਨੂੰ ਉਹ ਇਹ ਕਹਤਾ ਇਹ ਉਹਤਾ ਉਹ ਹੋਤਾ ਵੀ ਆਪਸ ਹੀ ਹੋ ਜਰਨ ਦੇ ਰੌਂਡ ਦੇ ਸ਼ੁੱਡਨਟ ਥਿੰਕ ਅਬਾਊਟ ਦਾ ਰੀਅਲ ਇਕਨੋਮੀ ਵੀ ਦੁਨੀਆ ਚੱਲਦੀ ਕਿਵੇਂ ਆ ਆ ਚੀਜ਼ ਪੋਟੇਰੀਅਲ ਸਟੇਟ ਦੀ ਵੈਲਿਊ ਕਿਉਂ ਬੱਦ ਦੀ ਆ ਚੀਜ਼ ਇਦਾਂ ਕਿਉਂ ਹੁੰਦਾ ਸੀ ਅਸੀਂ ਉਹ ਰਿਲੇਟਡ ਹੁਣ ਫਾਈਨੈਂਸ਼ੀਅਲ ਮਾਰਕੀਟਸ ਤੇ ਵੀ ਇੱਕ ਸੀਰੀਅਸ ਕਰ ਰਹੇ ਆ ਬੇਸਿਕਲੀ ਜਿਹੜਾ ਉਹਦੀ ਨੌਲੇਜ ਹੋਵੇ ਕਿਉਂਕਿ ਉਦੋਂ ਸਾਨੂੰ ਵੀ ਨਹੀਂ ਸੀ ਪਤਾ ਨਹੀਂ ਜਿਹੜਾ ਡਰੱਗ ਵਾਲਾ ਪੋਡਕਾਸਟ ਵੀ ਉਹ ਵੀ ਤਾਂ ਹੈ ਕਿ ਤਾ ਵੀ ਡਰੱਗ ਮਾਰਕੀਟ ਕਿਵੇਂ ਚੱਲਦੀ ਹੈ ਕਿਉਂਕਿ ਦਿਮਾਗ ਥੋੜਾ ਜਿਆਦਾ ਵੀ ਵਾਈ ਦੈਸ ਥੋੜਾ ਜਿਆਦਾ ਕਿਉਰੀਓਸਿਟੀ ਟਾਈਪ ਆਫ ਮਾਈਂਡਰ ਯਾ ਕਿਉਂ ਆਏ ਕਿਉਂ ਆਏ ਤੇ ਐਨੀਵੇਸ ਹਬਸ ਵੀਲ ਸਟੇ ਓਨ ਦ ਫਿਲਮ ਯਾ ਤਾਂ ਫਿਰ ਹੈ ਸੀਗਾ ਵੀ ਉਸ ਲੜਾਈ ਚ ਨਾ ਇੱਕ ਬੰਦੇ ਦਾ ਪਾਇਆ ਜਾਵੇ ਦੂਜੀ ਕਿਉਂਕਿ ਬਿਲਡ ਅਪ ਵੀ ਕਰਨਾ ਸੀਗਾ ਲੜਾਈਆਂ ਦਾ ਨਾ ਤੇ ਵੀ ਹਰ ਲੜਾਈ ਜ਼ਰੂਰੀ ਨਹੀਂ ਵੀ ਸ਼ੂਟ ਕਰਨੀ ਕਿਉਂਕਿ ਫਿਰ ਨਹੀਂ ਲੁੱਕ ਕਰਨਾ ਸੀ ਭਾਈ ਉਹ ਤਾਂ ਉਹ ਮਰੀ ਗਏ ਉਹ ਕਦੇ ਗੋਲੀਆਂ ਚੱਲ ਪਿਆ ਕਦੇ ਕੋਸਾ ਮੁੱਕੀ ਚੱਲ ਪਿਆ ਕਦੇ ਐ ਹੋ ਗਿਆ ਕਦੋਂ ਹੋ ਗਿਆ ਹਿਊਮਨ ਮਾਈਂਡ ਇੱਕ ਜੀਜ਼ਸ ਜਿਆਦਾ ਚਰਨੀ ਦੇਖ ਸਕਦੇ ਓਕੇ ਮੇਰਾ ਕੋਸੇ ਇਦਿਸ ਜਦੋਂ ਜੀ ਆ ਸ਼ੂਟ ਕੀਤਾ ਤੇ ਉਹ ਉਹ ਸੰਜੋਤ ਅਲੀ ਵਾਸਤਵ ਸੀਰੀਅਸ ਨਹੀਂ ਮੈਂ ਕਿਹਾ ਵੀ ਥੋੜੀ ਜਿਹੀ ਉਹ ਬਾਕ ਟਾਈਪ ਫੀਲਿੰਗ ਹੈ ਨਾ ਤੇ ਜੋ ਉਹ ਉਹ ਵਧੀਆ ਵਧੀਆ ਲੱਗਿਆ ਪਹਿਲਾਂ ਕਹਿੰਦੇ ਵੀ ਯਾਰ ਟੂ ਮੱਚ ਹੋ ਜਾਊਗਾ ਫਿਰ ਮੈਨੂੰ ਐਸੀ ਵੀ ਮੈਂ ਯਾਰ ਇਟਸ ਅ ਫਿਲਮ ਜੇ ਟੂ ਮੱਚ ਹੋਊਗਾ ਤਾਂ ਦੈਟਸ ਫਾਈਨ ਉਹ ਕੀ ਕੁਝ ਕਰਦੇ ਨੇ ਤਾਂ ਅਗੇਨ ਫਿਲਮਜ਼ ਆਰ ਫਿਲਮ ਰੀਅਲ ਲਾਈਫ ਇਜ਼ ਵੈਰੀ ਡਿਫਰੈਂਟ ਹੋਰ ਭਾਈ ਕਿਵੇਂ ਆ ਤਰ ਲੋਕ ਹੁਣ ਕਿੱਥੇ ਖੜੇ ਹੋਲੀ ਤੈਨੂੰ ਪਤਾ ਹੀ ਹੈ ਇੱਥੇ ਬੋਲਾ ਹੋਵੇ ਨਾ ਰੰਗ ਦਾ ਪਾ ਹੀ ਆਉਂਦਾ ਸੁਣਿਆ ਰੰਗ ਪਾਉਣਾ ਕਿ ਲਾਉਣਾ ਹੈ अगेन ਇ ਹੁਲੀ ਜਿਵੇਂ ਫਿਲਮ ਦੇ ਸਟਾਰਟਿੰਗ ਚ ਇਹ ਅਸੀਂ ਮੈਨੂੰ ਇਹ ਸੀਗਾ ਵੀ ਕੋਈ ਨਾਟ ਇਨ ਹਾਰਸ਼ ਸੈਂਸ ਚ ਨਹੀਂ ਹੋਣਾ ਚਾਹੀਦਾ ਕੋਈ ਵੀ ਚੀਜ਼ ਵੀ ਆਪਾਂ ਯਾਰ ਬੰਦਾ ਕੁੱਟਣ ਚੱਲੇ ਆਪਾਂ ਮਾਰ ਦਾਂਗੇ ਆਪਾਂ ਐਂ ਕਰ ਦਾਂਗੇ ਵੀ ਮੋਸਟਲੀ ਲੜਾਈਆਂ ਸਡਨਲੀ ਜਾਂ ਕਿਸੇ ਨਾਲ ਕਿਸੇ ਦਾ ਮੋਸਟਲੀ ਕਿਸੇ ਦਾ ਹੀ ਰੌਲਾ ਹੁੰਦਾ ਸੀ ਭਾਈ ਆਪਾਂ ਜਾਣਾ ਮੜਾ ਜਾਂ ਲੋਕ ਅੱਜਕੱਲ ਅੱਜਕੱਲ ਦਾ ਪਤਾ ਨਹੀਂ ਮੈਨੂੰ ਕਿਵੇਂ ਚੱਲਦਾ ਹੈ ਪਰ ਉਦੋਂ ਜਿੰਨਾ ਕਿ ਨੌਲੇਜ ਆ ਜਿੰਨਾ ਕਿ ਪੜਿਆ ਸੁਣਿਆ ਜਾਂ ਗੱਲਬਾਤ ਕੀਤੀ ਵੀ ਉਦੋਂ ਵੀ ਆ ਜਾਂਦਾ ਸੀ ਭਾਈ ਮੜੀ ਜੀ ਲੜਾਈ ਹੋ ਗਈ ਆਪਾਂ ਜਾਣਾ ਇੰ ਕਿੱਕ ਲੈ ਕੇ ਜਾਂਦੇ ਸੀ ਉਦੋਂ ਜਾ ਉੱਥੇ ਜਾ ਕੇ ਮੜੀ ਜੀ ਦੀ ਜਗਾ ਕੀ ਹੋ ਜਾਂਦਾ ਸੀ ਉਹ ਫਿਰ ਉਹ ਵਾਲਾ ਐਕਸਪੀਰੀਅੰਸ ਨਾ ਪਤਾ ਲੱਗਦਾ ਹੈ ਇਹ ਮੈਨੂੰ ਲੱਗਦਾ ਹੈ ਵੀ ਇਹ ਵੀ ਇਹ ਵੀ ਬੰਦਾ ਐਕਟਰ ਨਹੀਂ ਸੀ ਬੀਸਿਕਲੀ ਤੇ ਉਹ ਤੋਂ ਕਿਸੇ ਨੂੰ ਕਿਹਾ ਸੀਗਾ ਵੀ ਯਾਰ ਸਾਨੂੰ ਬੰਦਾ ਚਾਹੀਦਾ ਹੈ ਪਤਾ ਨਹੀਂ ਕਿਹੜੇ ਕਿਹੜੇ ਕਿ ਡਿਪਾਰਟਮੈਂਟ ਚ ਕਿਹੜੇ ਕ੍ਰੂ ਚ ਆਉਣਾ ਸੀ ਮੈਨੂੰ ਨਹੀਂ ਪਤਾ ਇਹਦੇ ਬਾਰੇ ਤੇ ਇਹ ਮੇਰੇ ਪਾਜੀ ਨੇ ਪਰ ਮੈਂ ਉਸ ਇਹਨਾਂ ਬੰਦੇ ਨਾਲ ਗੱਲਬਾਤ ਕੀਤੀ ਤੇ ਟ੍ਰੇਨਿੰਗ ਤੇ ਮੈਂ ਕਿਹਾ ਬਈ ਇਨਨੇ ਕਹਾਂ ਡਾਇਲੋਗ ਬੋਲਣੇ ਮੇਰਾ ਮੋਸਟਲੀ ਹੁੰਦਾ ਸੀ ਵੀ ਬਲਾਕਿੰਗ ਕਿੱਥੇ ਬਹਿਣਾ ਕਿੱਥੇ ਹੋਊਗਾ ਕਿਵੇਂ ਕੈਮਰਾ ਮੂਵਮੈਂਟ ਹੋਊਗੀ ਕਿੰਨੀ ਕਾ ਪੈਨੂ ਰੀਚ ਦੇਣੀਆਂ ਕਿੰਨਾ ਕ ਬਿਲਡ ਅਪ ਦੇਣਾ ਦਾ ਡਿਟੇਲ ਜਿਵੇਂ ਜੇ ਕੋ ਰੀਅਲ ਏਸਟੇਟ ਕਰਦਾ ਆ ਆਪਾਂ ਮੰਨ ਲਓ ਇੱਕ ਬਲਾਕ ਕੱਟ ਲੈ ਜਮੀਨ ਦਾ ਟੁਕੜਾ ਨਾ ਚਾਜੂ ਕੋ ਖੇਤੀ ਕਰਦਾ ਆ ਵੀ ਯਾਰ ਆ ਆ ਗਿਆ ਰੇ ਚਾਲ ਹੋਣਾ ਆ ਗਿਆ ਰੇ ਚਾਲ ਹੋਣਾ ਫਿਰ ਇਹਨਾਂ ਸਭ ਕੇ ਕੀਆ ਰੇ ਕਰਨੇ ਆ ਫਿਰ ਉਹ ਤੋਂ ਬਾਅਦ ਤੁਸੀਂ ਉਹ ਪਲੈਨਿੰਗ ਨਾਲ ਤੁਸੀਂ ਬਾਕੀ ਮੁੜ ਕੇ ਸਾਰੀ ਟੀਮ ਨੂੰ ਜਿਹੜੇ ਤੁਹਾਡੇ ਜੀ ਰੀਅਲ ਏਸਟੇਟ ਆ ਜਾਂ ਤੁਸੀਂ ਪਿੰਡ ਕਿਆ ਰੇ ਵਾਲੇ ਸਿਸਟਮ ਚੋਂ ਤਾਂ ਵਰਤੂ ਜੀ ਅੱਗੇ ਜਿਹੜੇ ਨਾਲ ਉਹ ਡਿਜ਼ਾਈਨ ਜੀ ਸੀਰੀ ਪਾਲੀ ਆ ਜਿਹਨਾਂ ਜੋ ਇਕੱਠਾ ਪਰਿਵਾਰ ਖੇਤੀ ਕਰਦਾ ਫਿਰ ਉਹਨੂੰ ਦੱਸ ਸਮਝਾ ਦਿੰਨੇ ਵੀ ਇੱਥੇ ਆਪਾਂ ਐ ਕਰਨਾ ਇੱਥੇ ਐ ਕਰਨਾ ਇਹਨਾਂ ਡੂੰਗਾ ਲਾਉਣਾ ਇਹਨੂੰ ਐ ਪਾਣੀ ਦੇਣਾ ਆ ਤਾਂ ਮੇਰਾ ਅਸਿਸਟ ਮੇਰਾ ਰੁਜੀਗਾ ਸਾਰਾ ਇਨਫਰਾਸਟ੍ਰਕਚਰ ਪਲਾਨ ਕਰਕੇ ਵੀ ਕਿੱਥੇ ਕਿੱਥੇ ਕੀ ਕੀ ਕਰਨਾ ਆ ਐਂਡ ਦੈਨ ਸਾਡੇ ਕੈਮਰਾਮੈਨ ਜਿਹੜਾ ਟੰਡਾ ਸਭ ਉਹਨਾਂ ਨੇ ਇਤਰੇ ਮਿੰਦਰੋਣਾ ਕੰਮ ਕੀਤਾ ਵੈਰੀ ਸਮਾਰਟ ਤੇ ਫਿਰ ਉਹ ਆਪੀ ਮੁੜ ਕੇ ਉਹ ਸਾਬਨਾ ਮੂਵਮੈਂਟ ਸਾਰੀਆਂ ਤੇ ਬਾਅਦ ਚੱਕ ਵਾਰੀ ਦੇਖ ਲੈਂਦੇ ਸੀਗੇ ਦੈਟ ਵਾਸ ਗੁੱਡ ਟੂ ਗੋ ਬਈ ਅਸਚਕਾ ਕੌਣ ਕਿਵੇਂ ਐਸੋ ਛੇਆ ਬਈ ਇੱਕ ਬੰਦਾ ਬਹੁਤ ਰੜਕਦਾ ਅੱਖਾਂ ਚ ਕੱਢ ਦੇ ਰੜਕ ਫਿਰ ਬਈ ਉਹ ਤਾਂ ਦੁਨੀਆ ਤੋਂ ਕੱਢਣਾ ਪਊ ਐ ਨਹੀਂ ਸਰਨਾ ਦੁਨੀਆ ਤੋਂ ਕੱਢ ਦੇ ਫਿਰ ਦੇਖਦਾ ਕੀ ਆ ਗਲਤਾਂ ਦੱਸ ਹੋਇਆ ਕੀ ਆ ਅਗੇਨ ਜਿਵੇਂ ਇਹ ਜਿਹੜਾ ਜਿਹੜਾ ਇਹ ਸੀਕੁਐਂਸ ਹੈਗਾ ਇਹਦੇ ਬਾਰੇ ਵੀ ਬਹੁਤ ਸੋਚਿਆ ਵੀ ਕਿਵੇਂ ਕਰੀਏ ਨਾ ਕਿਉਂਕਿ ਅਗੇ ਸਾਡੀ ਮੇਰੀ ਬਹੁਤ ਜ਼ਿਆਦਾ ਟਰਾਈ ਸੀ ਵੀ ਕਿਸੇ ਨਾਲ ਪਰਸਨਲ ਰੰਜਿਸ਼ ਇਹਨਾਂ ਦੀ ਜਾਂ ਪਰਿਵਾਰ ਦੀ ਜਾਂ ਜਿਹੜੇ ਬੰਦੇ ਹੈਗੇ ਆ ਵੀ ਉਹ ਵਦਨ ਨਹੀਂ ਵਦਨ ਹੀ ਨਹੀਂ ਚਾਹੀਦੀ ਕੱਲੋ ਸਾਡੇ ਘਰ ਕੇ ਕਿਸ ਦਾ ਨੁਕਸਾਨ ਹੋ ਜੇ ਨਾ ਉਹ ਨਹੀਂ ਹੋਣਾ ਚਾਹੀਦਾ ਤੇ ਉਹ ਟਰਾਈਡ आवर ਵੈਰੀ ਬੈਸਟ ਤਾਂ ਹੀ ਨਾ ਚੇਂਜ ਕੀਤੇ ਲੋਕੇਸ਼ਨ ਚੇਂਜ ਕੀਤੀਆਂ ਸੀਕਵੈਂਸ ਚੇਂਜ ਕੀਤੇ ਕਾਫੀ ਬਹੁਤ ਜ਼ਿਆਦਾ ਚੇਂਜਸ ਕੀਤੀਆਂ ਕਿਉਂਕਿ ਇਹ ਇਹ ਸਹੀ ਨਹੀਂ ਆਏਗਾ ਵੀ ਤੁਸੀਂ ਸਿਰਫ ਆਪ ਦੇ ਉਹਦੇ ਲਈ ਵੀ ਆਇਆ ਮੈਨੂੰ ਫਿਲਮ ਬਣਾਉਣ ਦਾ ਸ਼ੌਂਕ ਆ ਤੇ ਤੁਸੀਂ ਜਿੱਦਾਂ ਮਹਿੰਦੀ ਗਾਂਧੀ ਵੀ ਉਹਨੇ ਪਰਮਿਸ਼ਨ ਦਿੱਤੀ ਸਭ ਤੋਂ ਪਹਿਲਾਂ ਵੱਡਾ ਥੈਂਕ ਯੂ ਉਹਨਾਂ ਦਾ ਉਹ ਕਹਿੰਦੇ ਬਣਾ ਲਓ ਬਾਈ ਤੇ ਮੈਂ ਕਹਾ ਜੀ ਠੀਕ ਆ ਥੈਂਕ ਯੂ ਸੋ ਮਚ ਤੇ ਉਹਨਾਂ ਨੇ ਰਿਟਰਨ ਸਾਨੂੰ ਸਾਰੇ ਐਗਰੀਮੈਂਟ ਜਿੱਦਾਂ ਮੇਰੇ ਨਾਂ 'ਤੇ ਤੇ ਘਰੇ ਜਾ ਕੇ ਮਿਲੇ ਉਹ ਗਾਂਧੀ ਗਾਂ ਬੰਦਿਆਂ ਨੂੰ ਮਿਲੀ ਗਏ ਤੇ ਕੁਝ ਕੋਈ ਫਿਰ ਕਿਸੇ ਨੇ ਕੋਈ ਇੰਟਰਫੀਅਰੈਂਸ ਨਹੀਂ ਸੀ ਸਾਨੂੰ ਕਹਿੰਦੇ ਵੀ ਯਾਰ ਫ੍ਰੀ ਹੈਂਡ ਆ ਤੇ ਇਵਨ ਮੈਂ ਜਿੰਨਰਾਂ ਹੀ ਮਿਲਿਆ ਉਹਨਾਂ ਨੂੰ ਜਾਣਦੇ ਸੀ ਮੈਂ ਤਾਂ ਮਿਲਿਆ ਪਹਿਲੀ ਵਾਰ ਸੀਗਾ ਉਦੋਂ ਤੇ ਉਹ ਵੇਰ ਤਾਈ ਜਿਉਂ ਉਹਨਾਂ ਨੇ ਵਿਸ਼ਵਾਸ ਕੀਤਾ ਤੇ ਤਾਈ ਜਿਹੜਾ ਬੰਦਾ ਤੁਹਾਡੇ ਤੇ ਵਿਸ਼ਵਾਸ ਕਰੇ ਕਦੇ ਉਹਦਾ ਉਹ ਨਹੀਂ ਕਰਨਾ ਚਾਹੀਦਾ ਤੇ ਤਾਈ ਇਹ ਸਿਸਟਮ ਜਿਹੜਾ ਤੁਸੀਂ ਦੇਖੋਗੇ ਇਹ ਥੋੜਾ ਜਿਹਾ ਉਹਦੇ 뮤직 ਦੇ ਥੱਲੇ ਘੜਦਾ ਉਹ ਕਲੈਰਿਟੀ ਨਹੀਂ ਕੀਤੀ ਵੀ ਕੀ ਹੋਇਆ ਸੀ ਕੀ ਰੀਜ਼ਨ ਸੀ ਤੇ ਨਹੀਂ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਜਿਹੜਾ ਤੁਸੀਂ ਨਹੀਂ ਦੱਸਣਾ ਚਾਹੁੰਦੇ ਉਹ ਨਾ ਦੱਸਿਓ ਵੀ ਉਹੀ ਦੱਸਿਓ ਜੋ ਤੁਸੀਂ ਜੋ ਸਾਰਿਆਂ ਨੂੰ ਪਤਾ ਆ ਪੈਸਿਕਲੀ ਜਾਂ ਜੋ ਕੋਰਸ ਚਾ ਜਾਂ ਜੋ ਅਖਬਾਰਾਂ ਚ ਜਾਂ ਮੀਡੀਆ ਚ ਹਨ ਕੱਲ ਨੂੰ ਕੋਈ ਵੀ ਗੱਲ ਹੁੰਦੀ ਆ ਵੀ ਕੱਲ ਨੂੰ ਸਾਡੇ ਤੇ ਨਾ ਆਵੇ ਤੁਹਾਡੇ ਤੇ ਨਾ ਆਵੇ ਵੀ ਆਪਾਂ ਇੱਕ ਅਸੀਂ ਤੱਕ ਕਨਸੈਪਟ ਕਰ ਰਹੇ ਆ ਤੇ ਫਿਰ ਉਸ ਕਨਸੈਪਟ ਚ ਕਈ ਗੱਲਾਂ ਉਹਨਾਂ ਨੇ ਦਸੀਆਂ ਕੀ ਨਹੀਂ ਦਸੀਆਂ ਤੇ ਕਈ ਅਸੀਂ ਵੀ ਦੱਸਣੇ ਚਾਹੁੰਦੇ ਅੱਗੇ ਜਿਹੜੀਆਂ ਪਤਾ ਲੱਗੀਆਂ ਸੀ ਅਸੀਂ ਦੇ ਬੰਦੇ ਉਹਨਾਂ ਟੈਕਨੀਕਲ ਵਾਲੇ ਆ ਇਹ ਅਸੀਂ ਬੇਸਿਕਲੀ ਫਿਰ ਅਸੀਂ ਉਹ ਸੈਮੀ ਟਰੈਕ ਲੈ ਲਿਆ ਕਿਉਂਕਿ ਮੈਨੂੰ ਮੈਨੂੰ ਐਸੀ ਵੀ ਜੇ ਅਸੀਂ ਕੱਲਾ 2 ਸ਼ਾਟ 3 ਸ਼ਾਟ ਤੇ ਉਹ ਸਾਵਧਨਾ ਕਰਦੇ ਆਂ ਤੇ ਉਹਦਾ ਇੰਪੈਕਟ ਨਹੀਂ ਹੋਣਾ ਬਣਦਾ ਹੈਗਾ ਜਦੋਂ ਤੁਸੀਂ ਇਹ ਸਾਰਿਆਂ ਨੂੰ ਇਕੱਠਾ ਕਰਨਾ ਤਾਂ ਮੈਨੂੰ ਐਸੀ ਵੀ ਜਿਹੜਾ ਅਮ ਅਮ ਬੇਸਿਕਲੀ ਡੌਲੀ ਸ਼ਾਟ 360 ਨਾ ਨਾ 360 ਲਾਈਕ 180 ਸੈਂਸ ਚ ਲਿਆ ਜਾਵੇ ਤੇ ਬਾਦ ਸ਼ੂਟ ਕੀਤਾ ਦੇ ਨਾਲ ਇਕੱਲੇ ਇਕੱਲੇ ਬੰਦੇ ਦੇ ਰਿਐਕਸ਼ਨ ਲਈ ਜਾਣ ਵੀ ਹੁਣ ਕੈਮਰਾ ਇੱਥੇ ਆ ਗਿਆ ਹੁਣ ਤੇਰੀ ਵਾਰੀ ਰਿਐਕਸ਼ਨ ਦੀ ਹੁਣ ਤੇਰੀ ਵਾਰੀ ਰਿਐਕਸ਼ਨ ਦੀ ਹੁਣ ਤੇਰੀ ਵਾਰੀ ਰਿਐਕਸ਼ਨ ਦੀ ਤਾਂ ਜੋ ਬੰਦੇ ਨੂੰ ਟਾਈਮਿੰਗ ਫਿਲਮ ਮੇਕਿੰਗ ਜੁਸ ਟਾਈਮਿੰਗ ਇਜ਼ ਵੈਰੀ 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 ਕ੍ਰੂਸ਼ੀਅਲ ਇੰਪੋਰਟੈਂਟ ਪਾਰਟ ਆਫ ਫਿਲਮ ਮੇਕਿੰਗ ਬਹੁਤ ਜ਼ਿਆਦਾ ਜ਼ਰੂਰੀ ਹੈ ਵੀ ਕਿਹੜੇ ਟਾਈਮ ਤੇ ਕਿਹੜੀ ਚੀਜ਼ ਤੁਸੀਂ ਕਿੱਦਾਂ ਇੰਟਰੋਡਿਊਸ ਕਰਨੀ ਹੈ ਤੇ ਕਿੰਨਾ ਕ ਇੰਪੈਕਟ ਪਾਉਣਾ ਹੈ ਕਿੰਨਾ ਕੁ ਉਸ ਚੀਜ਼ ਦਾ ਗੱਲ ਦਾ ਵੇਟ ਤੋਂ ਲੈ ਕੇ ਕੈਮਰੇ ਦਾ ਵੇਟ ਤੋਂ ਲੈ ਕੇ ਕੈਮਰਾ ਵੇਟ ਐਂਡ ਸੈਂਸ ਵੀ ਲੈਂਸ ਕਿਹੜ ਤੇ ਉਹਦੀ ਉਹਦੇ ਫਿਲਟਰਸ ਕਿਹੜੇ ਸੈਂਸ ਦੇ ਹੋਣੇ ਚਾਹੀਦੇ ਨੇ ਇਮੋਸ਼ਨ ਦੇ ਵੇਟ ਤੋਂ ਲੈ ਕੇ ਵੀ ਜਿਵੇਂ ਕੈਮਰਾ ਵੇਟ ਤੋਂ ਮੈਂ ਤੁਹਾਨੂੰ ਦੱਸਦਾ ਤੇ ਇਮੋਸ਼ਨ ਕਿਦਾਂ ਦਾ ਆਉਣਾ ਚਾਹੀਦਾ ਵੀ ਬੰਦਾ ਆਲ ਜਦੋਂ ਕੈਮਰਾ ਤੁਹਾਡੇ ਸਾਹਮਣੇ ਆਏ बिकॉज ਯੂ ਕੈਨ ਲੁੱਕ ਐਟ ਦਾ ਕੈਮਰਾ ਜਿਵੇਂ ਮੈਂ ਕੈਮਰੇ ਵੱਲ ਦੇਖਦਾ ਗੁਰਵਿੰਦਰ ਵੱਲ ਦੇਖ ਲੈਂਦਾ ਜਾਂ ਉਹ ਇਹਦੇ ਚ ਨਹੀਂ ਤੁਸੀਂ ਕਰ ਸਕਦੇ ਕਿਉਂਕਿ ਤੁਸੀਂ ਉਹ ਕਰੈਕਟਰ ਵਾਲੀ ਦੇਖਣਾ ਹੁੰਦਾ ਤੇ ਉਹਦੇ ਲਈ ਤੁਹਾਨੂੰ ਕਿਉਂ ਦੇਣੇ ਪੈਂਦੇ ਨੇ ਦਾਂ ਦੁੱਤਾ ਸੀਗਾ ਕਿਉਂਕਿ ਜਦੋਂ ਤੁਸੀਂ ਸੋਚਣਾ ਹੈ ਸੋਚਣ ਲਈ ਇੱਕ ਤਾਂ ਟਾਈਮ ਚਾਹੀਦਾ ਹੈ ਇੱਕ ਤੁਸੀਂ ਜੋ ਕਿਸੇ ਲਈ ਕੰਮ ਕਰਨਾ ਉਹਦੇ ਲਈ ਟਾਈਮ ਚਾਹੀਦਾ ਹੈ ਤੇ ਇੱਕ ਥੋੜਾ ਜਿਹਾ ਬਿਲਡ ਅਪ ਲਈ ਕਲੈਰਿਟੀ ਲਈ ਵੀ ਉਹਨੇ ਬੰਦੇ ਕੀ ਕਰਨਗੇ ਉਹਨੇ ਕੀ ਕਿਹਾ ਤੇ ਕੀ ਕਰਨਗੇ ਥੋੜਾ ਜਿਹਾ ਸਸਪੈਂਸ ਬਿਲਡ ਹੋ ਜਾਂਦਾ ਹੈ ਉਸ ਸੈਂਸ ਚ ਇਹ ਸੀਨ ਫਿਰ ਥਰੂ ਡੌਲੀ ਥਰ ਇਸ 180 ਲਾ ਕੇ ਤੇ ਉਹ ਲਾ ਕੇ ਹਰ ਬੇਸਿਕਲੀ ਸੀਨ ਇਜ਼ ਇਟਸੈਲਫ ਜਿਵੇਂ ਹੁਣ ਆਪਾਂ ਅਗੇਨ ਆਪਾਂ ਰੀਅਲ ਸਟੇਟ ਜਾਂ ਆ ਰਹੀ ਉਹ ਚੋ ਵੀ ਆ ਗਈ ਵੀ ਉਹ ਘੜਾ ਹੁੰਦਾ ਇਕੱਲਾ ਹੀ ਉਹ ਕਾਰਜ ਕੀ ਲਾਉਣਾ ਆ ਕੀ ਅਗਾਉਣਾ ਆ ਤੁਸੀਂ ਕੀ ਬਿਕੂਗਾ ਜੇ ਵੇਚਣਾ ਹੈ ਕਿ ਕਿੰਨੀ ਖਾਤ ਕਰੇ ਦੀ ਲੋੜ ਆ ਉਹ ਮੈਂ ਹਰ ਹਰ ਜਿਹੜਾ ਸੀਨ ਟੂ ਸੀਨ ਆ ਉਹ ਇਟਸੈਲਫ ਇੱਕ ਇੰਡੀਵਿਜੂਅਲ ਚਾਹੇ ਕਿਆਰੀ ਇਹ ਕਹਲੋ ਚਾਹੇ 11 ਕਹਲੋ ਚਾਹੇ ਜਦਾਂ ਇੱਕ ਡੱਗਾ ਕਹਲੋ ਜਾਂ ਜੋ ਵੀ ਜਿੰਨਾ ਜਿੰਨਾ ਤੁਸੀਂ ਵਧਾਈ ਜਾਣਾ ਆ ਉਹਨੂੰ ਵੀ ਉਹਨੂੰ ਛੋਟੇ ਛੋਟੇ ਜੇ ਤੁਸੀਂ ਫਕੀਰੀ ਬੜੀ ਨਾਲ ਨਹੀਂ ਨਹੀਂ ਸੰਬੰਧਤ ਜੇ ਦਾ ਸੈਲੂਲਰ ਸਟਰਕਚਰ ਬੇਸਡ ਤੁਹਾਨੂੰ ਕੰਮ ਕਰਨਾ ਪੈਂਦਾ ਵੀ ਉਹ ਕੇਸ ਚ ਇਸ ਸਿਨੈਰੀਓ ਚ ਆਹ ਚੀਜ਼ ਐਨ ਹੋਣੀ ਐ ਤਾਂ ਤਾਹੀ ਨੂੰ ਥੋੜਾ ਜਿਹਾ ਪ੍ਰੋਪਰ ਟਾਈਮ ਲੇ ਕੇ ਬਿਲਡ ਅਪ ਦਿੱਤਾ ਗਿਆ ਪ੍ਰੋਪਰ